ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਦੇਰ ਦਿਨਾਤਨ ਗੋਲੀਆਂ ਚੱਲੀਆਂ ਨੇ ਅਤੇ ਇਸ ਗੋਲੀਬਾਰੀ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, 2 ਧਿਰਾਂ ਦੇ ਵਿਚਕਾਰ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹ ਆਪਸ ਦੇ ਵਿੱਚ ਗੋਲੀਆਂ ਚੱਲੀਆਂ ਨੇ। ਹਾਲਾਂਕਿ ਇਹ ਗੋਲੀਆਂ ਦੀਆਂ ਤਸਵੀਰਾਂ ਤੁਸੀਂ ਸਾਫ ਦੇਖ ਸਕਦੇ ਹੋ, ਅਲਟੋ ਕਾਰ ਦੀ ਤਸਵੀਰ ਸਾਹਮਣੇ ਆਈ ਹੈ। ਤਾਂ ਅਲਟੋ ਕਾਰ ਦੇ ਉੱਪਰ ਵੀ ਦੇਰ ਦਿਨਾਤਨ ਗੋਲੀਆਂ ਚਲਾਈਆਂ ਗਈਆਂ ਨੇ। ਅਲਟੋ ਕਾਰ ਦੀ ਜੋ ਪਿਛਲੀ ਖਿੜਕੀ ਹੈ ਉਸਨੂੰ ਛਾਨਣੀ ਹੀ ਬਣਾ ਕੇ ਰੱਖ ਦਿੱਤਾ ਹੈ। ਤਾਂ ਦੱਸ ਦਈਏ ਕਿ ਗੁਰਦਾਸਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਪਾਣੀ ਵਾਲੀ ਖਾਲ ਨੂੰ ਲੈ ਕੇ 2 ਧਿਰਾਂ ਆਮੋ ਸਾਹਮਣੇ ਹੋ ਗਈਆਂ ਅਤੇ ਇੱਕ ਦੂਜੇ ਦੇ ਉੱਤੇ ਫਾਇਰਿੰਗ ਕਰ ਦਿੱਤੀ। ਤਾਂ ਦੱਸ ਦਈਏ ਕਿ ਲਾਈਟਾਂ ਵਾਲਾ ਚੌਂਕ ਦੇ ਵਿੱਚ ਇਹ ਫਾਇਰਿੰਗ ਹੋਈ ਹੈ ਅਤੇ ਜਿਸ ਦੇ ਵਿੱਚ 11 ਦੇ ਕਰੀਬ ਲੋਕ ਜ਼ਖਮੀ ਹੋਏ ਨੇ, ਜਦਕਿ 4 ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਗਈ ਹੈ। ਤਾਂ ਦੋਵਾਂ ਧਿਰਾਂ ਦੇ ਵੱਲੋਂ 2-2 ਬੰਦਿਆਂ ਦੀ ਮੌਤ ਹੋਈ ਹੈ ਅਤੇ ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਗੁਰਦਾਸਪੁਰ ਇੱਕ ਵਾਰ ਫਿਰ ਤੋਂ ਗੋਲੀਆਂ ਦੇ ਨਾਲ ਦਹਿ ਲਿਆ। ਰਾਤ ਦੇ ਸਮੇਂ ਕਿਹਾ ਜਾ ਰਿਹਾ ਕਿ 2 ਧਿਰਾਂ ਲਾਈਟਾਂ ਵਾਲੇ ਚੌਂਕ ਦੇ ਵਿੱਚ ਸੜਕ ਦੇ ਉੱਪਰ ਹੀ ਆਮੋ ਸਾਹਮਣੇ ਹੋ ਜਾਂਦੀਆਂ ਨੇ ਅਤੇ ਇੱਕ ਦੂਜੇ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਅਤੇ ਫਾਇਰਿੰਗ ਦੇ ਵਿੱਚ ਦੋਵਾਂ ਧਿਰਾਂ ਦੇ 2-2 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 11 ਦੇ ਕਰੀਬ ਲੋਕ ਇਸ ਗੋਲੀਬਾਰੀ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਇੱਕੋ ਪਿੰਡ ਦੇ ਇਹ ਰਹਿਣ ਵਾਲੇ ਦੱਸੇ ਜਾ ਰਹੇ ਨੇ, ਜਿਨ੍ਹਾਂ ਦਾ ਆਪਣੀ ਪਾਣੀ ਵਾਲੀ ਖਾਲ ਨੂੰ ਲੈ ਕੇ ਪੁਰਾਣੇ ਸਮੇਂ ਤੋਂ ਹੀ ਰੰਜਿਸ਼ ਚੱਲੀ ਆ ਰਹੀ ਹੈ, ਜਿਸ ਤੋਂ ਬਾਅਦ ਇਹ ਮੁੜ ਤੋਂ ਲਾਈਟਾਂ ਵਾਲਾ ਚੌਂਕ ਦੇ ਵਿੱਚ ਆਮੋ ਸਾਹਮਣੇ ਹੁੰਦੇ ਨੇ ਅਤੇ ਉੱਥੇ ਇੱਕ ਦੂਜੇ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਇਸ ਗੋਲੀਬਾਰੀ ਦੇ ਵਿੱਚ ਕਈ ਲੋਕ ਜ਼ਖਮੀ ਹੁੰਦੇ ਨੇ ਅਤੇ ਹੁਣ ਤੱਕ ਇਸ ਦੇ ਵਿੱਚ ਦੋਵਾਂ ਧਿਰਾਂ ਦੇ 2-2 ਵਿਅਕਤੀਆਂ ਦੀ ਮੌਤ, ਜਦਕਿ 11 ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਮੌਕੇ ਦੇ ਉੱਤੇ ਜਿੱਥੇ ਵਾਰਦਾਤ ਹੋਈ ਹੈ ਉੱਥੇ ਕਈ ਖੋਖੇ ਜੋ ਨੇ ਉਹ ਗੋਲੀਆਂ ਦੇ ਮਿਲੇ ਨੇ ਅਤੇ ਕਿਹਾ ਜਾ ਰਿਹਾ ਕਿ ਕਰੀਬ 25-30 ਰਾਊਂਡ ਫਾਇਰਿੰਗ ਕੀਤੀ ਗਈ ਹੈ, ਜਦਕਿ ਇੱਕ ਕਾਰ ਅਲਟੋ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਅਲਟੋ ਕਾਰ ਹੈ ਉਹ ਬਿਲਕੁਲ ਹੀ ਛਾਨਣੀ ਬਣਾ ਕੇ ਰੱਖ ਦਿੱਤੀ ਹੈ। ਸਾਡੇ ਕੋਲ 4 ਕੇਸ ਆਏ ਸੀਗੇ ਅੱਜ ਗਨ ਸ਼ੋਟ, ਅਲੈਜਡ ਗਨ ਸ਼ੋਟ ਦੀ ਹਿਸਟਰੀ ਦੇ ਨਾਲ। ਇੱਕ ਅੰਗਰੇਜ਼ ਸਿੰਘ ਆਇਆ ਸਾਡੇ ਕੋਲ, ਪਿਤਾ ਨਾਮ ਬੁੱਢਾ ਸਿੰਘ ਅਤੇ ਪਿੰਡ ਵਿਠਵਾਂ ਤੋਂ। ਇੱਕ ਆਇਆ ਸੁਰਿੰਦਰ ਸਿੰਘ, ਪੁੱਤਰ ਸੂਰਤਾ ਸਿੰਘ, ਪਿੰਡ ਵਿਠਵਾਂ ਤੋਂ। ਇਹ ਦੋਨੋਂ ਦੀ ਹਾਲਤ ਕਾਫੀ ਗੰਭੀਰ ਸੀਗੀ, ਇਹਨਾਂ ਨੂੰ ਆਪਾਂ ਰੈਫਰ ਕੀਤਾ ਹੈ ਗੁਰੂ ਨਾਨਕ ਹੋਸਪਿਟਲ ਅੰਮ੍ਰਿਤਸਰ। ਉਸ ਤੋਂ ਬਾਅਦ ਸਾਡੇ ਕੋਲ ਕੇਸ ਆਏ ਇੱਕ ਬਲਜੀਤ ਸਿੰਘ, ਪੁੱਤਰ ਬੂਟਾ ਸਿੰਘ, ਪਿੰਡ ਵਿਠਵਾਂ, ਅਤੇ ਸ਼ਮਸ਼ੇਰ ਸਿੰਘ, ਪੁੱਤਰ ਨਿਰੰਜਨ ਸਿੰਘ, ਪਿੰਡ ਵਿਠਵਾਂ। ਇਹ ਸਾਡੇ ਕੋਲ ਬਰੋਡ ਡੈਡ ਆਏ ਨੇ, ਇਹਨਾਂ ਦੀ ਆਪਾਂ ਹੁਣ ਬੋਡੀ ਸ਼ਿਫਟ ਕਰਵਾਈ ਹੈ ਪੋਸਟਮਾਰਟਮ ਲਈ, ਅਤੇ ਬਾਕੀ ਇਹਦੀ ਕਾਰਵਾਈ ਉਸ ਤੋਂ ਬਾਅਦ 'ਚ ਪ੍ਰੋਪਰ ਕਾਰਵਾਈ ਤੋਂ ਬਾਅਦ 'ਚ ਰਿਪੋਰਟ ਮਿਲੇਗੀ। ਪਹਿਲੀ ਨਜ਼ਰ ਵਿੱਚ ਗਨ ਸ਼ੋਟ ਲੱਗਦਾ ਹੈ, ਬਾਕੀ ਫੋਰਨ ਬੋਡੀ ਹੈ ਇਹ, ਜਦੋਂ ਪ੍ਰੋਪਰ ਰਿਪੋਰਟ ਹੁੰਦੀ ਹੈ, ਜਦੋਂ ਪ੍ਰੋਪਰ ਤਿਆਰ ਹੋ ਗਈ ਉੱਥੋਂ ਕਨਫਰਮ ਹੋਏਗਾ। ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਦੇਰ ਦਿਨਾਤਨ ਗੋਲੀਆਂ ਚੱਲੀਆਂ ਨੇ ਅਤੇ ਇਸ ਗੋਲੀਬਾਰੀ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, 2 ਧਿਰਾਂ ਦੇ ਵਿਚਕਾਰ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹ ਆਪਸ ਦੇ ਵਿੱਚ ਗੋਲੀਆਂ ਚੱਲੀਆਂ ਨੇ। ਹਾਲਾਂਕਿ ਇਹ ਗੋਲੀਆਂ ਦੀਆਂ ਤਸਵੀਰਾਂ ਤੁਸੀਂ ਸਾਫ ਦੇਖ ਸਕਦੇ ਹੋ, ਅਲਟੋ ਕਾਰ ਦੀ ਤਸਵੀਰ ਸਾਹਮਣੇ ਆਈ ਹੈ। ਤਾਂ ਅਲਟੋ ਕਾਰ ਦੇ ਉੱਪਰ ਵੀ ਦੇਰ ਦਿਨਾਤਨ ਗੋਲੀਆਂ ਚਲਾਈਆਂ ਗਈਆਂ ਨੇ। ਅਲਟੋ ਕਾਰ ਦੀ ਜੋ ਪਿਛਲੀ ਖਿੜਕੀ ਹੈ ਉਸਨੂੰ ਛਾਨਣੀ ਹੀ ਬਣਾ ਕੇ ਰੱਖ ਦਿੱਤਾ ਹੈ। ਤਾਂ ਦੱਸ ਦਈਏ ਕਿ ਗੁਰਦਾਸਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਪਾਣੀ ਵਾਲੀ ਖਾਲ ਨੂੰ ਲੈ ਕੇ 2 ਧਿਰਾਂ ਆਮੋ ਸਾਹਮਣੇ ਹੋ ਗਈਆਂ ਅਤੇ ਇੱਕ ਦੂਜੇ ਦੇ ਉੱਤੇ ਫਾਇਰਿੰਗ ਕਰ ਦਿੱਤੀ। ਤਾਂ ਦੱਸ ਦਈਏ ਕਿ ਲਾਈਟਾਂ ਵਾਲਾ ਚੌਂਕ ਦੇ ਵਿੱਚ ਇਹ ਫਾਇਰਿੰਗ ਹੋਈ ਹੈ ਅਤੇ ਜਿਸ ਦੇ ਵਿੱਚ 11 ਦੇ ਕਰੀਬ ਲੋਕ ਜ਼ਖਮੀ ਹੋਏ ਨੇ, ਜਦਕਿ 4 ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਗਈ ਹੈ। ਤਾਂ ਦੋਵਾਂ ਧਿਰਾਂ ਦੇ ਵੱਲੋਂ 2-2 ਬੰਦਿਆਂ ਦੀ ਮੌਤ ਹੋਈ ਹੈ ਅਤੇ ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਗੁਰਦਾਸਪੁਰ ਇੱਕ ਵਾਰ ਫਿਰ ਤੋਂ ਗੋਲੀਆਂ ਦੇ ਨਾਲ ਦਹਿ ਲਿਆ। ਰਾਤ ਦੇ ਸਮੇਂ ਕਿਹਾ ਜਾ ਰਿਹਾ ਕਿ 2 ਧਿਰਾਂ ਲਾਈਟਾਂ ਵਾਲੇ ਚੌਂਕ ਦੇ ਵਿੱਚ ਸੜਕ ਦੇ ਉੱਪਰ ਹੀ
ਆਮੋ ਸਾਹਮਣੇ ਹੋ ਜਾਂਦੀਆਂ ਨੇ ਅਤੇ ਇੱਕ ਦੂਜੇ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਅਤੇ ਫਾਇਰਿੰਗ ਦੇ ਵਿੱਚ ਦੋਵਾਂ ਧਿਰਾਂ ਦੇ ਦੋ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 11 ਦੇ ਕਰੀਬ ਲੋਕ ਇਸ ਗੋਲੀਬਾਰੀ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਇੱਕੋ ਪਿੰਡ ਦੇ ਇਹ ਰਹਿਣ ਵਾਲੇ ਦੱਸੇ ਜਾ ਰਹੇ ਨੇ, ਜਿਨ੍ਹਾਂ ਦਾ ਆਪਣੀ ਪਾਣੀ ਵਾਲੀ ਖਾਲ ਨੂੰ ਲੈ ਕੇ ਪੁਰਾਣੇ ਸਮੇਂ ਤੋਂ ਹੀ ਰੰਜਿਸ਼ ਚੱਲੀ ਆ ਰਹੀ ਹੈ, ਜਿਸ ਤੋਂ ਬਾਅਦ ਇਹ ਮੁੜ ਤੋਂ ਲਾਈਟਾਂ ਵਾਲਾ ਚੌਂਕ ਦੇ ਵਿੱਚ ਆਮੋ ਸਾਹਮਣੇ ਹੁੰਦੇ ਨੇ ਅਤੇ ਉੱਥੇ ਇੱਕ ਦੂਜੇ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਇਸ ਗੋਲੀਬਾਰੀ ਦੇ ਵਿੱਚ ਕਈ ਲੋਕ ਜ਼ਖਮੀ ਹੁੰਦੇ ਨੇ ਅਤੇ ਹੁਣ ਤੱਕ ਇਸ ਦੇ ਵਿੱਚ ਦੋਵਾਂ ਧਿਰਾਂ ਦੇ ਦੋ ਦੋ ਵਿਅਕਤੀਆਂ ਦੀ ਮੌਤ, ਜਦਕਿ 11 ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਮੌਕੇ ਦੇ ਉੱਤੇ ਜਿੱਥੇ ਵਾਰਦਾਤ ਹੋਈ ਹੈ ਉੱਥੇ ਕਈ ਖੋਖੇ ਜੋ ਨੇ ਉਹ ਗੋਲੀਆਂ ਦੇ ਮਿਲੇ ਨੇ ਅਤੇ ਕਿਹਾ ਜਾ ਰਿਹਾ ਕਿ ਕਰੀਬ 25 ਤੋਂ 30 ਰਾਊਂਡ ਫਾਇਰਿੰਗ ਕੀਤੀ ਗਈ ਹੈ, ਜਦਕਿ ਇੱਕ ਕਾਰ ਅਲਟੋ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਅਲਟੋ ਕਾਰ ਹੈ ਉਹ ਬਿਲਕੁਲ ਹੀ ਛਾਨਣੀ ਬਣਾ ਕੇ ਰੱਖ ਦਿੱਤੀ ਹੈ। ਸਾਡੇ ਕੋਲ ਨਾ 4 ਕੇਸ ਆਏ ਸੀਗੇ ਅੱਜ ਗਨ ਸ਼ੋਟ, ਅਲੈਜਡ ਗਨ ਸ਼ੋਟ ਦੀ ਹਿਸਟਰੀ ਦੇ ਨਾਲ। ਇੱਕ ਅੰਗਰੇਜ਼ ਸਿੰਘ ਆਇਆ ਸਾਡੇ ਕੋਲ, ਪਿਤਾ ਨਾਮ ਬੁੱਢਾ ਸਿੰਘ ਅਤੇ ਪਿੰਡ ਵਿਠਵਾਂ ਤੋਂ। ਇੱਕ ਆਇਆ ਸੁਰਿੰਦਰ ਸਿੰਘ, ਪੁੱਤਰ ਸੂਰਤਾ ਸਿੰਘ, ਪਿੰਡ ਵਿਠਵਾਂ ਤੋਂ। ਇਹ ਦੋਨੋਂ ਦੀ ਹਾਲਤ ਕਾਫੀ ਗੰਭੀਰ ਸੀਗੀ, ਇਹਨਾਂ ਨੂੰ ਆਪਾਂ ਰੈਫਰ ਕੀਤਾ ਹੈ ਗੁਰੂ ਨਾਨਕ ਹੋਸਪਿਟਲ ਅੰਮ੍ਰਿਤਸਰ। ਉਸ ਤੋਂ ਬਾਅਦ ਸਾਡੇ ਕੋਲ ਕੇਸ ਆਏ ਇੱਕ ਬਲਜੀਤ ਸਿੰਘ, ਪੁੱਤਰ ਬੁੱਢਾ ਸਿੰਘ, ਪਿੰਡ ਵਿਠਵਾਂ, ਅਤੇ ਸ਼ਮਸ਼ੇਰ ਸਿੰਘ, ਪੁੱਤਰ ਨਿਰੰਜਨ ਸਿੰਘ, ਪਿੰਡ ਵਿਠਵਾਂ। ਇਹ ਸਾਡੇ ਕੋਲ ਬਰੋਡ ਡੈਡ ਆਏ ਨੇ, ਇਹਨਾਂ ਦੀ ਆਪਾਂ ਹੁਣ ਬੋਡੀ ਸ਼ਿਫਟ ਕਰਵਾਈ ਹੈ ਪੋਸਟਮਾਰਟਮ ਲਈ, ਅਤੇ ਬਾਕੀ ਇਹਦੀ ਕਾਰਵਾਈ ਉਸ ਤੋਂ ਬਾਅਦ 'ਚ ਪ੍ਰੋਪਰ ਕਾਰਵਾਈ ਤੋਂ ਬਾਅਦ 'ਚ ਰਿਪੋਰਟ ਮਿਲੇਗੀ। ਪਹਿਲੀ ਨਜ਼ਰ ਵਿੱਚ ਗਨ ਸ਼ੋਟ ਲੱਗਦਾ ਹੈ, ਬਾਕੀ ਫੋਰਨ ਬੋਡੀ ਹੈ ਇਹ, ਜਦੋਂ ਪ੍ਰੋਪਰ ਰਿਪੋਰਟ ਹੁੰਦੀ ਹੈ, ਜਦੋਂ ਪ੍ਰੋਪਰ ਤਿਆਰ ਹੋ ਗਈ ਉੱਥੋਂ ਕਨਫਰਮ ਹੋਏਗਾ।